ਬਰਾਲਾ ਨੇੜਲੇ ਪਿੰਡ ਹੇਡੋਂ ਦੀ ਪੰਚਾਇਤ ਨੇ ਉੱਤਰ ਪ੍ਰਦੇਸ਼ ਦੇ ਕਾਂਡਲਾ ਵਿਖੇ ਜਮਾਤ 'ਚ ਸ਼ਾਮਿਲ ਹੋਏ ਪਿੰਡ ਦੇ ਦੋ ਨੌਜਵਾਨਾਂ ਦੇ ਘਰ ਦੇ ਆਲੇ ਦੁਆਲੇ ਘੇਰਾਬੰਦੀ ਕਰਕੇ ਦਿਨ ਰਾਤ ਦਾ ਸਖ਼ਤ ਪਹਿਰਾ ਲਾ ਦਿੱਤਾ ਹੈ। ਸਿਹਤ ਵਿਭਾਗ ਦੇ ਸੈਂਪਲ ਤੋਂ ਬਾਅਦ ਇੱਕ ਦੀ ਅੱਜ ਵਾਪਸੀ ਹੋਈ ਹੈ ਤੇ ਪਿੰਡ ਕੋਟਲਾ ਵਿਖੇ ਉਸ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸਰਪੰਚ ਦੇ ਭਰਾ ਨੇ ਦੱਸਿਆ ਕਿ ਜਦੋਂ ਇਹਨਾਂ ਦਾ ਪਰਿਵਾਰ ਆਂਢ ਗੁਆਂਢ ਤੋਂ ਕੋਰੋਨਾ ਟੈਸਟ ਸੰਬੰਧੀ ਜਾਣਕਾਰੀ ਲਈ ਤਾਂ ਪਤਾ ਚੱਲਿਆ ਕਿ ਪਿੰਡ ਦੇ ਇਸ ਭਾਈਚਾਰੇ ਤੇ ਦੋ ਨੌਜਵਾਨ ਜਮਾਤ ਲਈ ਜਨਵਰੀ ਤੋਂ ਗਏ ਹੋਏ ਹਨ। ਉਹਨਾਂ ਨੇ ਇਹ ਸੂਚਨਾ ਪ੍ਰਸ਼ਾਸਨ ਨੂੰ ਦੇ ਦਿੱਤੀ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਚਾਇਤ ਨੇ ਇਸ ਪਰਿਵਾਰ ਦੇ ਘਰ ਦੇ ਆਲੇ ਦੁਆਲੇ ਪਹਿਰਾ ਬਿਠਾ ਦਿੱਤਾ। ਇਹਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ, ਇੱਕ ਹੈਗਾ ਮੁੰਡਾ ਸ਼ਾਮੂ ਨਾਮ ਦਾ ਲੜਕਾ ਹੈਗਾ, ਇਹ ਸਨ ਆਫ ਸਦੀਕ, ਇਹ ਹੈਡੋ ਪਿੰਡ 'ਚ ਰਹਿੰਦਾ ਹੈਗਾ ਜੀ, ਇਹਦੇ ਬਾਰੇ ਪਤਾ ਲੱਗਿਆ ਸੀਗਾ। ਇੱਕ ਹੈ ਬਲਾਲ, ਇਹ ਵੀ ਸਦੀਕ ਮੁਹੰਮਦ ਦਾ ਹੀ ਲੜਕਾ ਹੈਗਾ, ਇਹ ਰਹਿੰਦੇ ਹੈਗੇ ਪਿੰਡ ਕੁਟਾਲੇ। ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਦਿੱਲੀ ਰਹਿ ਕੇ ਆਏ ਨੇ, ਪਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਹੈਗੀ ਹੈ ਵੀ ਜਿਹੜਾ ਸ਼ਾਮੂ ਹੈ ਇਹ ਤਾਂ ਫਿਲਹਾਲ ਨਹੀਂ ਆਇਆ ਹੈਗਾ, ਅਤੇ ਜਿਹੜਾ ਬਲਾਲ ਹੈ ਇਹ ਕੁਟਾਲੇ ਆਪਣੇ ਘਰ ਪਹੁੰਚ ਚੁੱਕਿਆ ਹੈਗਾ, ਪਰ ਹੁਣ ਦੀ ਪੁੱਛਗਿੱਛ ਤੋਂ ਇਹ ਹੈ ਵੀ ਦਿੱਲੀ ਨਹੀਂ ਗਿਆ ਹੈਗਾ, ਇਹ ਕਾਂਡਲਾ ਯੂਪੀ ਵਿੱਚ ਗਿਆ ਸੀਗਾ ਆਪਣੇ ਮਦਰੱਸੇ ਦੇ ਵਿੱਚ। ਤਾਂ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਵੀ ਇਕੱਠੀ ਹੋਈ ਹੈ ਉਹਦੇ ਤੋਂ ਵੀ ਇਹੀ ਪਤਾ ਲੱਗਿਆ ਵੀ ਇਹ 20-25 ਦਿਨ ਤੋਂ ਆ ਗਿਆ ਹੋਇਆ ਸੀ ਪੰਜਾਬ ਦੇ ਵਿੱਚ, ਜਗਰਾਉਂ ਹੋ ਰਿਹਾ ਲੁਧਿਆਣੇ ਰਿਹਾ, ਔਰ ਕੱਲ ਇਹ ਪਹੁੰਚ ਗਿਆ ਸੀਗਾ ਲੱਖੋ ਗੰਦਵਾਲ ਪਿੰਡ ਜਿਹੜਾ ਹੈਗਾ। ਜਿਹੜੇ ਉੱਥੇ ਦਿੱਲੀ ਸੀਗੇ ਉਹਨਾਂ ਦੇ ਸੰਪਰਕ 'ਚ ਰਿਹਾ ਹੈ ਬੰਦਾ ਕਿ ਨਹੀਂ, ਜਿਹੜੀ ਪੁੱਛਗਿੱਛ ਕੀਤੀ ਤੁਸੀਂ? ਹਾਂਜੀ, ਇਹਦੇ ਤੋਂ ਪੁੱਛਗਿੱਛ ਕੀਤੀ ਹੈ ਤਾਂ ਇਹ ਦਿੱਲੀ ਜਿਹੜਾ ਹੈਗਾ ਉਹਨਾਂ ਦੇ ਸੰਪਰਕ 'ਚ ਨਹੀਂ ਰਿਹਾ ਹੈਗਾ। ਇਹ ਵੀ ਅਸੀਂ ਇਨਵੈਸਟ ਕੀਤਾ ਹੈਗਾ ਵੀ ਕਿੰਨੇ ਕੁ ਤੁਸੀਂ ਬੰਦੇ ਰਹਿੰਦੇ ਸੀਗੇ, ਪਰ ਲੜਕੇ ਨੇ ਦੱਸਿਆ ਵੀ ਅਸੀਂ 4-4 ਬੰਦੇ ਰਹਿੰਦੇ ਸੀਗੇ ਇਕੱਠੇ, ਜ਼ਿਆਦਾ ਇਕੱਠ 'ਚ ਨਹੀਂ ਸੀ ਰਹਿੰਦੇ। ਕਿੰਨੇ ਵਜੇ ਰਾਤ ਨੂੰ ਇਨਫੋਰਮੇਸ਼ਨ ਮਿਲੀ ਹੈ, ਕਿੰਨੇ ਵਜੇ ਪਹੁੰਚੇ? ਸਾਨੂੰ ਕੱਲ੍ਹ ਸ਼ਾਮੀ 7-8 ਵਜੇ ਪਤਾ ਲੱਗਿਆ ਸੀਗਾ ਇਸ ਗੱਲ ਦਾ ਵੀ ਇਹ ਮੁੰਡੇ ਇੱਥੇ ਆ ਰਹੇ ਨੇ। ਉਸ ਤੋਂ ਬਾਅਦ ਜਿਹੜੇ ਅਸੀਂ ਪੈਰਵਾਈ ਕੀਤੀ ਹੈਗੀ ਆ ਤਾਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਇਹ ਸ਼ਾਮੂ ਹੈ ਇਹ ਨਹੀਂ ਆ ਰਿਹਾ ਹੈਡੋਂ, ਔਰ ਜਿਹੜਾ ਬਲਾਲ ਹੈਗਾ ਇਹ ਲੱਖੋ ਗਰਦਵਾਲ ਪਿੰਡ ਥਾਣਾ ਗੁੰਕਲਾ ਜਾ ਕੇ ਉੱਥੇ ਪੁੱਛ ਗਏ। ਇਹਨਾਂ ਦੀ ਕਿੰਨੀ ਫੈਮਿਲੀ ਅੱਗੋ ਇੱਥੇ ਕੁਟਾਲੇ ਰਹਿੰਦੀ ਹੈ? ਕੁਟਾਲੇ ਦੇ ਵਿੱਚ ਇਹਨਾਂ ਦੇ 4 ਘਰ ਹੈਗੇ ਆ, 4 ਪਰਿਵਾਰ ਉੱਥੇ ਰਹਿੰਦੇ ਆ। ਜਿਹੜਾ ਸਦੀਕ ਮੁਹੰਮਦ ਇਹਦਾ ਫਾਦਰ ਹੈ ਉੱਥੇ ਰਹਿੰਦਾ, ਅਤੇ ਉਹਦਾ ਇੱਕ ਲੜਕਾ ਇੱਥੇ ਸ਼ਾਮੂ ਜਿਹੜਾ ਹੈਡੋਂ ਬੈਠ ਰਹਿੰਦਾ। ਜਿਹੜੇ ਸ਼ਾਮੂ ਆ ਕਿ ਇਹ ਵੀ ਇਹਨਾਂ ਦੇ ਟੱਚ ਸੀਗਾ ਜਾਂ ਦਿੱਲੀ ਵਾਲਿਆਂ ਦੇ ਟੱਚ ਸੀਗਾ? ਨਹੀਂ, ਦਿੱਲੀ ਵਾਲਿਆਂ ਦੇ ਟੱਚ 'ਚ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਅਸੀਂ ਇਕੱਠੀ ਕੀਤੀ ਹੈ ਵੀ ਇਹ ਦਿੱਲੀ ਨਹੀਂ, ਇਹ ਵੀ ਅਜੇ ਯੂਪੀ ਹੈ। ਅਸੀਂ 10 ਭਰਾ ਜੀ। ਕੀ ਨਾਮ ਜਿਹੜੇ ਕੁਟਾਲੇ ਆ ਜਾਂ ਹੋ ਰਿਹਾ ਜਿਹੜਾ ਸ਼ਾਮੂ ਆ, ਕੀ ਲੱਗਦਾ ਤੁਹਾਨੂੰ? ਸ਼ਾਮੂ ਜੀ ਮੇਰਾ ਭਰਾ ਜੀ, ਦੂਆ ਬਲਾਲ ਦੂਸਰੀ ਮੰਮੀ ਦਾ ਲੜਕਾ ਜੀ। ਸ਼ਾਮੂ ਦਾ ਭਰਾ? ਹਾਂਜੀ। ਸ਼ਾਮੂ ਰਿਹਾ? ਨਹੀਂ ਜੀ, ਹਜੇ ਨਹੀਂ ਆਇਆ। ਕਿੰਨੇ ਦਿਨ ਤੋਂ ਨਹੀਂ ਰਿਹਾ? ਅਜੇ ਜਨਵਰੀ ਦਾ ਗਿਆ ਹੋਇਆ ਜੀ। ਕਿੱਥੇ ਗਿਆ ਪਤਾ ਕੁਛ? ਹਾਂਜੀ। ਕਿੱਥੇ? ਉਹ ਜੀ ਜਿਵੇਂ ਆਪਣੇ ਜਾਂਦੇ ਨਹੀਂ ਹੈਗੇ ਬਾਬੇ ਨਾਲ, ਉੱਦਾਂ ਜਮਾਤ ਲਾਣ ਗਿਆ ਹੋਇਆ ਜੀ। ਹਾਂਜੀ। ਕਿੱਥੇ ਗਿਆ? 4 ਮਹੀਨੇ ਦੀ। ਕਿੱਥੇ ਪਤਾ ਕੁਛ? ਹਾਂਜੀ। ਹੁਣ ਉਹ ਕਿੰਨੇ ਦਿਨ ਦਿੱਲੀ ਗਿਆ ਸੀ? ਉਹ ਜਿਹੜਾ ਦਿੱਲੀ ਗਿਆ? ਨਹੀਂ ਜੀ, ਦਿੱਲੀ ਹਜੇ ਐਂਡ 'ਚ ਜਾਣਾ ਸੀ ਉਹਨਾਂ ਨੇ। ਦਿੱਲੀ ਐਂਡ ਜਾਣਾ? ਹਾਂਜੀ। ਤੇ ਹੁਣ ਕਿੰਨੇ ਦਿਨ ਤੋਂ ਉਰੇ ਨਹੀਂ ਆ ਰਿਹਾ ਤੁਹਾਡੇ ਕੋਲ? ਹੁਣ ਤਾਂ ਜੀ ਹੋ ਗਿਆ, ਜੱਦਾ ਕਲਫੂ ਲੱਗਿਆ ਜੀ, ਜੱਦਾ ਰੋ ਕੇ ਪੈ ਰਹੀ ਆ ਸਾਰੇ, ਤਾਂ ਹੀ ਰੁਕਿਆ ਹੋਇਆ ਜੀ ਉਹ ਵੀ। ਹਾਂਜੀ, ਉਹ ਯੂਪੀ ਆ ਜੀ। ਤੁਹਾਡੇ ਨਾਲ ਫੋਨ ਤੇ ਗੱਲ ਵਗੈਰਾ ਹੁੰਦੀ ਹੋਈ? ਨਹੀਂ ਜੀ, ਫੋਨ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ, ਕਦੇ ਕਦੇ ਹੁੰਦੀ ਆ ਜੀ, ਜਿਵੇਂ ਕਿਸੇ ਦੇ ਫੋਨ ਤੋਂ ਹੋ ਜਾਂਦੀ ਆ ਜੀ। ਦੂਜੇ ਪਾਸੇ ਹੈਂਡੋ ਚੌਂਕੀ ਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਸਿਹਤ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਸ ਵਿਅਕਤੀ ਨੂੰ ਪਿੰਡ ਕੋਟਲਾ ਵਿਖੇ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਦਿੱਲੀ ਨਹੀਂ ਗਿਆ ਸੀ ਬਲਕਿ ਉੱਤਰ ਪ੍ਰਦੇਸ਼ ਦੇ ਕਾਂਡਲਾ ਵਿਖੇ ਗਿਆ ਸੀ। ਸਰਪੰਚ ਜੀ ਮਰਾਣਾ ਜੀ ਦਾ ਵੱਡਾ ਭਰਾ ਬੋਲ ਰਿਹਾ। ਸਾਡੇ ਪਿੰਡੋਂ ਇੱਕ ਖਬਰ ਫੈਲੀ ਹੈ ਵੀ ਸਦੀਕ ਦੇ ਬੇਟੇ ਦੋ, ਇੱਕ ਬਲਾਲ ਅਤੇ ਦੂਜਾ ਸ਼ਾਮੂ, ਕਈ ਦਿਨਾਂ ਤੋਂ ਘਰੋਂ ਉਹ ਫਰਾਰ ਤੇ ਜਾਂ ਕਿਤੇ ਵੀ ਗਏ ਹੋਏ ਤੇ ਕੁਛ ਅੰਸਰਾਂ ਤੋਂ ਮਤਲਬ ਸੂਤਰਾਂ ਤੋਂ ਪਤਾ ਲੱਗਿਆ ਵੀ ਉਹ ਪਿੰਡ ਦੇ ਵਿੱਚ ਵਾਪਸ ਆ ਗਏ ਪਰ ਨਹੀਂ ਆਏ। ਇੱਕ ਕੁਟਾਲੇ ਰਹਿੰਦਾ ਉਹਦੇ ਵਿੱਚੋਂ, ਜਿਹੜਾ ਸ਼ਾਮੂ ਆ ਉਹ ਹੇਡੋਂ ਰਹਿੰਦਾ, ਨਾ ਤਾਂ ਸ਼ਾਮੂ ਹਲੇ ਹੇਡੋਂ ਪਹੁੰਚਿਆ। ਅਸੀਂ ਪੂਰੀ ਨਿਗਰਾਨੀ ਰੱਖੀ ਹੋਈ ਹੈ, ਜੇ ਉਹ ਪਿੰਡ ਦੇ ਵਿੱਚ ਆਊਗਾ ਤਾਂ ਅਸੀਂ ਉਹਨੂੰ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਜਿਸ ਤਰ੍ਹਾਂ ਵੀ ਜਿਹੜਾ ਪ੍ਰੋਸੈਸ ਹੈਗਾ ਉਸ ਹਿਸਾਬ ਨਾਲ ਸਾਰਾ ਉਹਦਾ ਕਲੀਅਰ ਕਰਵਾਵਾਂਗੇ। ਅਤੇ ਜਿਹੜਾ ਦੂਜਾ ਬਲਾਲ ਹੈ ਉਹਦਾ ਪਤਾ ਲੱਗਿਆ ਵੀ ਉਹ ਕੁਟਾਲੇ ਪਹੁੰਚ ਚੁੱਕਿਆ, ਅਤੇ ਸਰਪੰਚ ਸਾਹਿਬ ਨਾਲ ਕੁਟਾਲੇ ਵਾਲਿਆਂ ਨਾਲ ਹੁਣੇ ਥੋੜ੍ਹੀ ਦੇਰ ਪਹਿਲਾਂ ਸਾਡੀ ਗੱਲ ਹੋਈ ਹੈ। ਉਹਨਾਂ ਨੇ ਦੱਸਿਆ ਵੀ ਉਹਨੂੰ ਚੈੱਕਅਪ ਤਾਂ ਉਹਦਾ ਹੋ ਗਿਆ, ਕੁੰਮਕਲਾ ਵਗੈਰਾ ਉੱਧਰ ਕਿਤੇ ਰਾਤ ਦਾ ਰੁਕਿਆ ਹੋਇਆ ਤਾ, ਅਤੇ ਹੁਣ ਉਹਨਾਂ ਨੇ ਉਹ ਨਜ਼ਰਬੰਦ ਪਤਾ ਲੱਗਿਆ ਵੀ ਘਰ ਦੇ ਵਿੱਚ ਕਰ ਦਿੱਤਾ। ਪਰ ਹੇਡੋਂ ਦੇ ਵਿੱਚ ਨਾ ਤਾਂ ਹਾਲ ਤੱਕ ਸ਼ਾਮੂ ਆਇਆ ਨਾ ਇੱਥੇ ਬਲਾਲ ਆਇਆ, ਇਹ ਸਦੀਕ ਦੇ ਬੇਟੇ ਆ ਦੋਨੋਂ, ਘਰੋਂ ਇਹ ਬਹੁਤ ਦਿਨਾਂ ਤੋਂ ਗਏ ਹੋਏ ਤੇ ਇਹਨਾਂ ਦਾ ਇਹ ਪਤਾ ਨਹੀਂ ਵੀ ਇਹ ਦਿੱਲੀ ਗਏ ਆ ਜਾਂ ਨਹੀਂ ਗਏ, ਪਰ ਘਰੋਂ ਉਹ ਤਕਰੀਬਨ ਮਹੀਨਾ ਡੇਢ ਮਹੀਨੇ ਤੋਂ ਉਹ ਇੱਥੋਂ ਦੋਨੋਂ ਬੰਦੇ ਗਾਇਬ ਸੀ। ਸਵੇਰਾ ਟਾਈਮਸ ਲਈ ਸਮਰਾਲਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ।
All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran Satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648.